ਆਲ ਪਾਰਟੀ ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਕੇਂਦਰ ਸਰਕਾਰ ਨੂੰ ਗੁਜ਼ਾਰਿਸ਼ ਕੀਤੀ ਗਈ ਹੈ ਕਿ ਉਹ ਜੰਮੂ ਕਸ਼ਮੀਰ ਵਿੱਚ 1990 ਦੇ ਦਹਾਕੇ ਤੋਂ ਬਾਅਦ ਅੱਤਵਾਦ ਦੇ ਉਭਾਰ ਕਾਰਨ ਪੈਦਾ ਹੋਏ ਸੰਕਟ ਬਾਰੇ ਵੱਖਰੇ ਤੌਰ ਤੇ ਵਾਈਟ ਪੇਪਰ ਜਾਰੀ ਕਰੇ। ਆਲ ਪਾਰਟੀ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਜਗਮੋਹਨ ਰੈਣਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਜੇ ਕੋਈ ਭਾਈਚਾਰਾ ਜੰਮੂ ਕਸ਼ਮੀਰ ਦੇ ਮੁਸਲਿਮ ਭਾਈਚਾਰੇ ਨਾਲ ਨਾਰਾਜ਼ਗੀ ਮਹਿਸੂਸ ਕਰਦਾ ਹੈ ਤਾਂ ਮੈਂ ਪ੍ਰਧਾਨ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਉਹ ਕਸ਼ਮੀਰ ਸੰਕਟ ਤੇ ਦੋ ਵੱਖਰੇ ਵਾਈਟ ਪੇਪਰਾਂ ਨੂੰ ਸਾਹਮਣੇ ਲਿਆਉਣ। ਇਹ ਵਾਈਟ ਪੇਪਰ ਕਸ਼ਮੀਰ ਦੇ ਸੰਕਟ ਤੇ 1947 ਤੋਂ 1990 ਅਤੇ 1990 ਤੋਂ ਲੈ ਕੇ ਅੱਜ ਤੱਕ ਦੇ ਸਮੇਂ ਕਾਲ ਬਾਰੇ ਹੋਣੇ ਚਾਹੀਦੇ ਹਨ। ਇਹ ਉਹਨਾਂ ਲੋਕਾਂ ਦੇ ਖਦਸ਼ਿਆਂ ਨੂੰ ਦੂਰ ਕਰਨਗੇ ਜੋ ਪਾੜਾ ਬਣਾਉਣ ਦੀ ਇੱਛਾ ਰੱਖਦੇ ਹਨ। ਉਹਨਾਂ ਕਿਹਾ ਕਿ ਇੱਕ ਵੱਖਰਾ ਵਾਈਟ ਪੇਪਰ ਜਾਰੀ ਕਰਨਾ ਜ਼ਰੂਰੀ ਹੈ ਕਿਉਂਕਿ ਕਸ਼ਮੀਰ ਵਿੱਚ 1990 ਵਿੱਚ ਇੱਕ ਖਾਸ ਭਾਈਚਾਰੇ ਪ੍ਰਤੀ ਹੋ ਰਹੇ ਅੱਤਿਆਚਾਰ ਦੇ ਸੰਬੰਧ ਵਿੱਚ ਮੁਸਲਮਾਨਾਂ ਵੱਲ ਉਂਗਲਾਂ ਚੁੱਕੀਆਂ ਜਾ ਰਹੀਆਂ ਹਨ। ਉਹਨਾਂ ਅੱਗੇ ਕਿਹਾ ਕਿ ਸਮਝਦਾਰੀ ਹੋਵੇਗੀ ਕਿ ਪ੍ਰਧਾਨ ਮੰਤਰੀ ਇਸ ਮੁੱਦੇ ਤੇ ਵਾਈਟ ਪੇਪਰ ਲੈ ਕੇ ਆਉਣਗੇ ਅਤੇ 1947 ਤੋਂ ਲੈ ਕੇ 1990 ਤੱਕ ਹੋਏ ਅੱਤਿਆਚਾਰਾਂ ਦਾ ਇੱਕ ਵੱਖਰਾ ਵਾਈਟ ਪੇਪਰ ਜਾਰੀ ਕੀਤਾ ਜਾਵੇਗਾ। ਉਹਨਾਂ ਕਿਹਾ ਕਿਉਂਕਿ ਭਾਰਤ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਕਸ਼ਮੀਰ ਵਿੱਚ ਸਥਿਤੀ ਆਮ ਵਾਂਗ ਹੈ, ਇਸ ਲਈ ਨਵੀਂ ਦਿੱਲੀ ਨੂੰ ਇਸ ਸੰਬੰਧੀ ਸਾਰੇ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ। ਤੱਕ ਜੰਮੂ ਕਸ਼ਮੀਰ ਕੀ ਜਨਤਾ ਔਰ ਵਿਸ਼ੇਸ਼ ਕਰ ਘਾਟੀ ਕੀ ਜਨਤਾ ਹੈ, ਪੂਰੀ ਤਰ੍ਹਾਂ ਸੇ ਸਥਿਤੀ ਨਾਰਮਲ ਹੈ। ਕਾਂਗਰਸ ਕੀ ਸਥਿਤੀ ਮੈਂ ਨਾਰਮਲ ਨਹੀਂ ਕਰ ਸਕਦਾ, ਕਿਉਂਕਿ ਉਨ੍ਹਾਂ ਯਹਾਂ ਭਾਸ਼ਣ ਕੀਏ ਥੇ ਕਿ 370 ਹਟਨੇ ਕੇ ਬਾਅਦ ਰਕਤਪਾਤ ਹੋ ਜਾਏਗਾ, ਖੂਨ ਕੀ ਨਦੀਆਂ ਬਹਿ ਜਾਏਗੀ, ਸਾਲੋ ਸਾਲੋ ਤੱਕ ਕਰਫਿਊ ਨਹੀਂ ਉਠਾ ਪਾਏਗੇ, ਕੁਛ ਨਹੀਂ ਹੁਆ ਮਾਨਯੋਗ, ਏਕ ਵੀ ਗੋਲੀ ਨਹੀਂ ਚਲੀ, ਏਕ ਵੀ ਜਗ੍ਹਾ ਪੇ ਗੋਲੀ ਸੇ ਕਿਸੀ ਵੀ ਵਿਅਕਤੀ ਕੀ ਮ੍ਰਿਤਯੂ ਨਹੀਂ ਹੋਈ। ਕਿਉਂਕਿ ਸੁਪਰੀਮ ਕੋਰਟ ਵੱਲੋਂ ਬੋਲਣ ਤੇ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਲਈ ਇੰਟਰਨੈਟ ਨੂੰ ਇੱਕ ਜ਼ਰੂਰੀ ਮਾਧਿਅਮ ਮੰਨਿਆ ਗਿਆ ਹੈ, ਇਸ ਲਈ ਜੰਮੂ ਕਸ਼ਮੀਰ ਦੇ ਸਮੁੱਚੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਇਸ ਨੂੰ ਪੂਰੇ ਰੂਪ ਵਿੱਚ ਬਹਾਲ ਕੀਤਾ ਜਾਣਾ ਚਾਹੀਦਾ ਹੈ। ਇੰਟਰਨੈਟ ਉੱਤੇ ਪਾਬੰਦੀਆਂ ਕਾਰਨ ਜੰਮੂ ਕਸ਼ਮੀਰ, ਖਾਸ ਕਰ ਕਸ਼ਮੀਰ ਵਿੱਚ ਆਮ ਜ਼ਿੰਦਗੀ ਅਸਰ ਅੰਦਾਜ਼ ਹੋ ਰਹੀ ਹੈ। ਅਸਰ ਰਸੂਖ ਰੱਖਣ ਵਾਲੇ ਲੋਕ ਸੇਲਜ਼ ਟੈਕਸ ਜਾਂ ਇਨਕਮ ਟੈਕਸ ਰਿਟਰਨ ਦਾਖਲ ਕਰਨ ਸਮੇਤ ਤਮਾਮ ਕੰਮਕਾਜ ਕਰ ਸਕਦੇ ਹਨ, ਪਰ ਉਨ੍ਹਾਂ ਦਾ ਕੀ ਜੋ ਇਸ ਸਮਰੱਥ ਨਹੀਂ ਹਨ। ਜਗਮੋਹਨ ਰੈਣਾ ਨੇ ਅੱਗੇ ਕਿਹਾ ਕਿਉਂਕਿ ਲੰਬੇ ਸਮੇਂ ਤੋਂ ਪਾਬੰਦੀਆਂ ਅਤੇ ਬੰਦ ਕਾਰਨ ਕਸ਼ਮੀਰ ਬੁਰੀ ਤਰ੍ਹਾਂ ਸਹਿਕ ਰਿਹਾ ਹੈ ਅਤੇ ਇਹ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਆਮ ਲੋਕਾਂ ਨੂੰ ਸੁਰੱਖਿਆ ਮੁਹੱਈਆ ਕਰਵਾਏ ਅਤੇ ਆਰਥਿਕਤਾ ਨੂੰ ਕੋਈ ਨੁਕਸਾਨ ਨਾ ਪਹੁੰਚਾਇਆ ਜਾਵੇ। ਜੇਕਰ ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ ਹੈ, ਚਾਹੇ ਉਹ ਟੂਰਿਸਟ ਵੀਜ਼ਾ ਹੋਏ ਜਾਂ ਫਿਰ ਉਹ ਸਟੱਡੀ ਵੀਜ਼ਾ, ਕਿਸੇ ਵੀ ਕਾਰਨ ਤੋਂ, ਚਾਹੇ SOP ਜਾਂ ਫਿਰ ਤੁਹਾਡੀ ਕੋਰਸ ਦੀ ਸਿਲੈਕਸ਼ਨ ਗਲਤ ਹੋ ਗਈ ਹੈ, ਸੋ ਡੋਂਟ ਵਰੀ, ਵੀ ਹੈਵ ਬੈਸਟ ਡੈਡੀਕੇਟਿਡ ਕੈਨੇਡੀਅਨ ਟੀਮ ਫਰੋਮ ਕੈਨੇਡਾ ਜੋ ਕਿ ਤੁਹਾਨੂੰ 100% ਵੀਜ਼ਾ ਲਗਵਾਉਣ ਵਿੱਚ ਹੈਲਪ ਕਰੇਗੀ। ਦੇਰ ਇਜ਼ ਨੋ ਐਪਲੀਕੇਸ਼ਨ ਫੀ ਫਾਰ ਦਾ ਫਸਟ 100 ਸਟੂਡੈਂਟਸ ਹੂ ਆਰ ਅਪਲਾਈਂਗ ਇਨ ਦਾ ਮੰਥ ਆਫ ਜਨਵਰੀ ਐਂਡ ਫੈਬਰੀ। ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।